ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਵੀਡੀਓ ਬਿਲਕੁਲ ਖਾਸ ਹੈ ਕੈਨੇਡਾ ਵਾਲੇ ਸਟੂਡੈਂਟਸ ਦੇ ਲਈ। ਸੋ ਅੱਜ ਮੈਂ ਇੰਟਰੋਡਿਊਸ ਕਰਾਂਗਾ ਸਾਡੇ ਨਵੀਂ ਐਕਸਕਲੂਸਿਵ ਟਾਈਮ ਜਿਹੜਾ ਕਿ ਅਸੀਂ ਮਾਈਲਸਟੋਨ ਕਾਲਜ ਦੇ ਨਾਲ ਕੀਤਾ। ਸੋ ਕਿਊਬੈਕ ਦੇ ਵਿੱਚ ਇਹ ਕਾਲਜ ਹੈ, ਉਹਦੀਆਂ ਡਿਟੇਲਸ ਤੇ ਗੱਲ ਕਰਾਂਗੇ, ਇਹਦੇ ਵਿੱਚ ਪੜ੍ਹਨ ਦੇ ਤੁਹਾਨੂੰ ਕੀ ਬੈਨੀਫਿਟ ਨੇ ਔਰ ਕਿਹੜਾ ਪ੍ਰੋਗਰਾਮ ਅਵੇਲੇਬਲ ਹੈ। ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਸੋ ਦੈਟ ਤੁਸੀਂ ਇਸ ਇੰਪੋਰਟੈਂਟ ਇਨਫੋਰਮੇਸ਼ਨ ਨਾਲ ਵਾਕਿਫ ਰਹੋ। ਔਰ ਜਿਹੜੇ ਕੈਨੇਡਾ ਜਾ ਕੇ ਖਾਸ ਤੌਰ ਤੇ ਕਿਊਬੈਕ 'ਚ ਸਟੂਡੈਂਟ ਪੜ੍ਹਨਾ ਚਾਹੁੰਦੇ ਨੇ, ਬਹੁਤ ਹੀ ਐਡਵਾਂਟੇਜ ਵਾਲੀ ਗੱਲ ਹੈ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਔਰ ਸ਼ੇਅਰ ਕਰੋ ਸੋ ਦੈਟ ਜੋ ਸਾਡੀ ਕੋਸ਼ਿਸ਼ ਹੈ ਤੁਹਾਡੇ ਤੱਕ ਰੀਸੈਂਟ ਅਪਡੇਟਸ ਟਾਈਮ ਟੂ ਟਾਈਮ ਪਹੁੰਚਾਉਣ ਦੀ, ਉਹ ਤੁਹਾਡੇ ਤੱਕ ਬਿਲਕੁਲ ਟਾਈਮ ਟੂ ਟਾਈਮ ਪਹੁੰਚਦੇ ਰਹੇ। ਸੋ ਗੱਲ ਕਰਦੇ ਹਾਂ ਕਿਊਬੈਕ ਪ੍ਰੋਵਿੰਸ। ਸੋ ਡੈਫੀਨੇਟਲੀ ਇੱਕ ਬਹੁਤ ਹੀ ਫੇਵਰੇਟ ਡੈਸਟੀਨੇਸ਼ਨ ਹੈ ਕੈਨੇਡਾ ਜਾਣ ਵਾਲੇ ਸਟੂਡੈਂਟਸ ਦਾ। ਸੋ ਸਾਡੀ ਵੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟਸ ਤੱਕ ਕੁਝ ਐਕਸਕਲੂਸਿਵ ਓਪਰਚੁਨਿਟੀਜ਼ ਲੈ ਕੇ ਪਹੁੰਚਦੇ ਰਹੀਏ। ਸੋ ਅੱਜ ਮੈਂ ਤੁਹਾਡੇ ਨਾਲ ਇੰਟਰੋਡਿਊਸ ਕਰਾਂਗਾ ਮਾਈਲਸਟੋਨ ਕਾਲਜ, ਜੋ ਕਿ ਬ੍ਰੌਸਾਰਡ ਸਿਟੀ ਦੇ ਵਿੱਚ ਜਸਟ 30 ਕਿਲੋਮੀਟਰ ਅਵੇ ਫਰੋਮ ਮੋਂਟਰੀਅਲ ਹੈ। ਸੋ ਉਹਦੇ 'ਚ ਕੀ ਆਪਸ਼ਨ ਅਵੇਲੇਬਲ ਨੇ ਔਰ ਤੁਹਾਡੇ ਕੋਲ ਪੜ੍ਹਨ ਦਾ ਕੀ ਬੈਨੀਫਿਟ ਹੈ। ਸੋ ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਇਨਟੇਕ ਹੈ ਉਹ ਮਾਰਚ ਹੈ। ਡੈਫੀਨੇਟਲੀ ਸਟੂਡੈਂਟਸ ਕੈਨੇਡਾ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਡ ਸੀ, ਕਨਫਿਊਜ਼ਨ ਚੱਲ ਰਹੀਆਂ ਨੇ ਕਿ ਬੀਐਫਐਸ ਹਾਲੇ ਨਵੰਬਰ ਤੱਕ ਬੰਦ ਨੇ। ਸੋ ਜਨਵਰੀ ਦੀ ਕਨਫਿਊਜ਼ਨ ਤੋਂ ਬਾਹਰ ਨਿਕਲ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਜਿਹੜਾ ਕਿ ਮਾਰਚ 2021 ਇਨਟੇਕ ਦਾ। ਸੋ ਡੈਫੀਨੇਟਲੀ ਉਦੋਂ ਤੱਕ ਟਰੈਵਲ ਵੀ ਪੋਸੀਬਲ ਹੋਣਗੇ, ਸਟੂਡੈਂਟ ਪੜ੍ਹ ਵੀ ਸਕਣਗੇ। ਸੋ ਬੇਝਿਜਕ ਤੁਸੀਂ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰੋ। ਨੈਕਸਟ ਪ੍ਰੋਗਰਾਮ, ਡੈਫੀਨੇਟਲੀ ਜਿਵੇਂ ਤੁਸੀਂ ਜਾਣਦੇ ਹੋ ਕਿ ਕਿਊਬੈਕ ਦੇ ਵਿੱਚ ਦੋ ਕੈਟੇਗਰੀਜ਼ ਦੇ ਪ੍ਰੋਗਰਾਮ ਈਜ਼ੀਲੀ ਅਵੇਲੇਬਲ ਹੁੰਦੇ ਨੇ। ਉਹਨਾਂ ਦੇ ਵਿੱਚ AEC ਪ੍ਰੋਗਰਾਮ ਆਉਂਦੇ ਆ ਜਿਹੜੇ 900 ਆਵਰ ਸਟੱਡੀ ਦੇ ਹੁੰਦੇ ਨੇ, ਐਂਡ ਸੈਕਿੰਡ ਹੁੰਦੇ ਆ DEP ਪ੍ਰੋਗਰਾਮਸ। ਸੋ DEP ਪ੍ਰੋਗਰਾਮਸ ਵਿੱਚ ਪੜ੍ਹਨ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਤੁਹਾਡੀ ਜਿਹੜੀ PR ਹੈ ਉਹ ਬਹੁਤ ਜਲਦ ਹੁੰਦੀ ਹੈ। ਸੋ ਕੰਪਿਊਟਰ ਸਪੋਰਟ ਦਾ ਪ੍ਰੋਗਰਾਮ ਇਸ ਕਾਲਜ ਦੇ ਵਿੱਚ ਅਵੇਲੇਬਲ ਹੈ। ਇਹਦੇ ਵਿੱਚ ਨੌਨ ਮੈਡੀਕਲ ਸਟੂਡੈਂਟ, ਆਰਟਸ ਸਟੂਡੈਂਟ ਜਿਨ੍ਹਾਂ ਦੇ ਕੋਲ ਕਮਰਸ ਹੈ ਉਹ ਵੀ ਐਲੀਜੀਬਲ ਨੇ। ਐਂਡ ਮੋਰ ਓਵਰ ਜਿਹੜੀ ਇਸ ਪ੍ਰੋਗਰਾਮ ਦੀ ਬਿਊਟੀ ਹੈ ਕਿ ਦੋਨੋਂ ਹੀ ਸਟੂਡੈਂਟ, ਆਈਦਰ ਤੁਸੀਂ 10+2 ਕੀਤੀ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਨ ਸਮ ਹਾਉ ਕੰਪਿਊਟਰ ਸਬਜੈਕਟ ਦੇ ਨਾਲ, ਤਾਂ ਡੈਫੀਨੇਟਲੀ ਦੋਨੋਂ ਹੀ ਸਟੂਡੈਂਟਸ ਇਹਦੇ ਲਈ ਐਲੀਜੀਬਲ ਨੇ। ਮਿਨੀਮਮ ਪਰਸੈਂਟੇਜ 60% ਰਿਕੁਆਇਰਡ ਹੈ ਐਂਡ 2 ਈਅਰਸ ਦਾ ਪ੍ਰੋਗਰਾਮ ਹੈ। ਸੋ 2 ਸਾਲ ਦਾ ਡਿਪਲੋਮਾ ਜਿਹਦੀ 1 ਸਾਲ ਦੀ ਫੀਸ $11,000 ਹੈ। ਸੋ ਬਿਲਕੁਲ ਨੋਮੀਨਲ ਫੀ ਦੇ ਉੱਤੇ ਤੁਸੀਂ DEP ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਇਹ ਪ੍ਰੋਗਰਾਮ ਜਿਹੜਾ PEQ ਅਪਰੂਵਡ ਹੈ, ਯਾਨੀ ਕਿ ਪ੍ਰੋਗਰਾਮ ਕੰਪਲੀਟ ਹੋਣ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਇਸ ਪ੍ਰੋਗਰਾਮ ਨੂੰ ਸਟੱਡੀ ਕਰੋਗੇ, ਇਹਦੇ ਪੜ੍ਹਾਈ ਕਰੋਗੇ, ਨਾਲ ਦੀ ਨਾਲ ਤੁਹਾਨੂੰ ਇੱਕ ਐਕਸਪੀਰੀਅੰਸ ਵੀ ਗੇਨ ਹੋਏਗਾ। ਸੋ ਜਲਦ ਤੁਹਾਡੀ ਜਦੋਂ ਸਟੱਡੀ ਕੰਪਲੀਟ ਹੋਏਗੀ ਤਾਂ ਤੁਸੀਂ PR ਕਿਊਬੈਕ ਦੀ ਫਾਈਲ ਕਰ ਸਕਦੇ ਹੋ। ਸੋ 6 ਮਹੀਨੇ ਤੋਂ 1 ਸਾਲ ਦੇ ਵਿੱਚ ਵਿੱਚ ਤੁਹਾਨੂੰ PR ਮਿਲਦੀ ਹੈ, ਜਿਹੜਾ ਕਿ ਮੋਸਟ ਡੈਸਟੀਨੇਸ਼ਨ ਸਟੂਡੈਂਟਸ ਦਾ ਇਹੀ ਹੁੰਦਾ। ਸੋ ਬਿਲਕੁਲ IELTS ਦੀ ਰਿਕੁਆਇਰਮੈਂਟ ਵੀ ਬਹੁਤ ਸਿੰਪਲ ਹੈ, 6 ਓਵਰਆਲ ਵਿਦ 1 ਮੋਡਿਊਲ 5.5 ਐਂਡ ਜਿਹੜਾ PTE ਕੀਤਾ ਉਹਨਾਂ ਦੇ ਰਿਕੁਆਇਰਮੈਂਟ ਜਿਹੜੀ ਹੈ ਦੈਟ ਇਜ 51 ਨਾਟ ਲੈਸ ਦੈਨ 43। ਸੋ 2 ਈਅਰਸ ਪ੍ਰੋਗਰਾਮ, UG ਐਂਡ PG ਸਟੂਡੈਂਟਸ ਦੋਨੋਂ ਇਹਦੇ ਵਿੱਚ ਜਾ ਸਕਦੇ ਨੇ। IELTS ਦੀ ਰਿਕੁਆਇਰਮੈਂਟ 6 ਓਵਰਆਲ ਨਾਟ ਲੈਸ ਦੈਨ 5.5 ਐਂਡ ਸਭ ਤੋਂ ਵੱਡੀ ਐਡਵਾਂਟੇਜ ਕਿ PEQ ਅਪਰੂਵਡ ਐਂਡ DEP ਪ੍ਰੋਗਰਾਮ ਕੈਟੇਗਰੀ ਹੈ। ਸੋ ਡੈਫੀਨੇਟਲੀ ਤੁਸੀਂ ਜਲਦ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰੋ ਕਿਉਂਕਿ ਸਪੈਸੀਫਾਈਡ ਪ੍ਰੋਗਰਾਮ ਹੈ, ਮਾਰਚ ਇਨਟੇਕ ਹੈ ਔਰ ਇਹਦੀਆਂ ਸੀਟ ਜਿਹੜੀਆਂ ਨੇ ਜਲਦ ਫਿਲ ਹੋ ਜਾਣਗੀਆਂ। ਸੋ ਅਪਲਾਈ ਕਰਨ ਦੇ ਲਈ ਜਸਟ ਕੰਟੈਕਟ ਕਰੋ ਸਾਡੀ ਵੈਬਸਾਈਟ ਤੇ ਆਨਲਾਈਨ ਸਰਵਿਸਿਜ਼ ਦੇ ਥਰੂ broadwaystudy.com ਔਰ ਘਰ ਬੈਠੇ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਇਨੀਸ਼ੀਏਟ ਕਰ ਸਕਦੇ ਹੋ। ਸੋ ਮਿਲਾਂਗੇ ਨੈਕਸਟ ਟਾਈਮ ਕੁਝ ਨਵੀਆਂ ਅਪਡੇਟਸ, ਕੁਝ ਨਵੇਂ ਵੀਡੀਓਜ਼ ਦੇ ਨਾਲ। ਅੱਜ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਹੈਲੋ ਫਰੈਂਡਸ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਸੇ। ਕੋਸ਼ਿਸ਼ ਰਹਤੀ ਹੈ ਲੇਟੈਸਟ ਔਰ ਇੰਪੋਰਟੈਂਟ ਇਨਫੋਰਮੇਸ਼ਨ ਐਂਡ ਐਵਰੀ ਇਸ਼ੂ ਰਿਲੇਟਿਡ ਟੂ ਸਟੱਡੀ ਵੀਜ਼ਾ, ਉਸਕੇ ਰਿਲੇਟਿਡ ਆਪਕੋ ਸਾਰੀ ਜਾਣਕਾਰੀਆਂ ਹਮ ਲਗਾਤਾਰ ਦੇਤੇ ਨੇ। ਉਸਕੇ ਲੀਏ ਇੰਪੋਰਟੈਂਟ ਹੈ ਕਿ ਆਪ ਇਸ ਚੈਨਲ ਕੋ ਸਬਸਕ੍ਰਾਈਬ ਕਰਕੇ ਰੱਖੇਂ ਤਾਂ ਕਿ ਹਰ ਲੇਟੈਸਟ ਵੀਡੀਓ ਆਪ ਤੱਕ ਸਭਸੇ ਪਹਿਲੇ ਪਹੁੰਚ ਸਕੇ। ਸੈਕਿੰਡਲੀ, ਬ੍ਰੌਡਵੇ ਇਮੀਗ੍ਰੇਸ਼ਨ ਪ੍ਰੋਵਾਈਡਿੰਗ ਯੂ ਆਨਲਾਈਨ ਸਰਵਿਸਿਜ਼। ਹਮ ਇੰਡੀਆ ਕੀ ਐਸੀ ਪਹਿਲੀ ਕੰਪਨੀ ਹੈ ਜੋ ਆਪਕੋ ऑनलाइन वीडियो काउंसलिंग्स घर बैठे प्रोवाइड कर रहे हैं। तो आपको सिंपली हमारी वेबसाइट पे जाना है, दैट इज ब्रॉडवे स्टडी
.com और वहां पे जाके आप अपनी बेसिक इंफॉर्मेशन थोड़ी सी भरेंगे। उसके बाद ओटीपी रिसीव करने के बाद यू कैन कनेक्ट डायरेक्टली टू आर ऑनलाइन काउंसलर्स, जिनके साथ आप डायरेक्ट वीडियो काउंसलिंग ले सकते हैं बिना रुके, बिना किसी परेशानी के। आपको किसी भी स्टेज पे हमारे ऑफिस विजिट करने की जरूरत नहीं पड़ेगी। आप घर बैठे अपनी एप्लीकेशन को स्टार्ट करने से लेके वीजा तक का सफर हमारे साथ कर सकते हैं। डजंट मैटर यू आर फ्रॉम पंजाब, अदर स्टेट्स ऑफ इंडिया और इवन आउट ऑफ इंडिया, आप सारी सर्विसेज हमारे साथ ऑनलाइन ले सकते हैं। तो आज के लिए इतना, चलते हैं शो की तरफ। ब्रॉडवे तुहाडे विदेश जाण दे सुपनिआं नूं देवेगा हकीकत दी उड़ान।